ਤੁਹਾਡੀ 8100 ਰੁਪਈਆ ਤਨਖਾਹ ਹੈ ਜਿਹੜੇ ਆਂਗਨਵਾੜੀ ਵਰਕਰ ਹੈ ਤੇ ਮਿੰਨੀ ਦੀ 5300 ਹੈ ਆਂਗਨਵਾੜੀ ਹੈਲਪਰ ਦੀ 4000 ਹੈ 50 ਰੁਪਈਏ 4050 ਰੁਪਏ ਇਹ ਪਹਿਲਾਂ 5100 ਰੁਪਈਆ ਕਿਸੇ ਦਾ 600 ਰੁਪਈਆ ਵਧਿਆ ਸੀ ਲੇਕਿਨ ਹੁਣ ਅਸੀਂ ਇਕੱਠਾ ਤੁਹਾਡਾ 4050 ਵਾਲਿਆਂ ਦੀ 5100 ਰੁਪਏ ਕਰ ਰਹੇ ਹਾਂ ਆਂਗਨਵਾੜੀ ਹੈਲਪਰ ਦੀ ਤਨਖਾਹ मंजूर है बहुत अच्छे लेकिन नाल मैं ये भी कहना अपना संघर्ष ना छड्डियो अगे फिर से ही आ गई नवी सरकार उसे ले लांगे फिर बधावांगे दूसरा 5300 रुपए वाले की जेडी आंगनवाड़ी वर्कर है मिनी उन्हां दी 5300 तो 6300 रुपया कर रहे हैं थानू बहुत बहुत बधाई होवे ते 8100 रुपये वाले जेडे आंगनवाड़ी वर्कर है ਉਹਨਾਂ ਦੀ 9500 ਰੁਪਈਆ ਤਨਖਾਹ ਕਰ ਰਹੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਲੇਕਿਨ ਗੱਲ ਇੱਥੇ ਖਤਮ ਨਹੀਂ ਹੋ ਰਹੀ ਇਹ ਇੱਕ ਵਾਰ ਹੁਣ ਵਧਾਈ ਹੈ ਲੇਕਿਨ ਹਰ ਸਾਲ ਆਂਗਨਵਾੜੀ ਵਰਕਰ ਹੈ ਜਿਹੜੇ ਉਹਨਾਂ ਦੀ 500 ਰੁਪਈਆ ਤਨਖਾਹ ਵਧੇਗੀ ਹਰ 1 ਜਨਵਰੀ ਨੂੰ ਇਹ ਕਾਨੂੰਨ ਬਣਾ ਦੇਣਾ ਹੈ ਬਣ ਗਿਆ ਕਾਨੂੰਨ ਬਣਾ ਨਹੀਂ ਦੇਣਾ ਇੱਕ ਮਿੰਨੀ ਆਂਗਨਵਾੜੀ ਵਰਕਰ ਦੀ 250 ਰੁਪਇਆ ਤੇ ਆਂਗਨਵਾੜੀ ਹੈਲਪਰ ਦੀ 250 ਰੁਪਇਆ ਹਰ ਸਾਲ ਵੀ ਤਨਖਾਹ ਵਧੇ ਕਰੇਗੀ 1 ਜਨਵਰੀ ਨੂੰ ਲੇਕਿਨ ਕਈ ਵਾਰ ਕਹਿ ਦਿੰਦੇ ਹੈ ਵੀ ਇਹ ਐਲਾਨ ਹੀ ਕਰਦਾ ਮੈਂ ਐਲਾਨ ਨਹੀਂ ਇਕੱਲੇ ਕਰਦਾ ਸਾਡੀ ਰਜੀਆ ਸੁਲਤਾਨ ਭੈਣ ਜੀ ਜਿਉਂਦੀ ਰਹੇ ਤੇ ਨਾਲ ਸਾਡਾ ਵਿੱਤ ਮੰਤਰੀ ਐਸੀ ਤੁਹਾਨੂੰ ਨੋਟੀਫਿਕੇਸ਼ਨ ਨਾਲ ਕਰਕੇ ਲਿਆਇਆ ਜਿਹੜਾ ਅੱਜ ਐਲਾਨ ਕਰ ਰਹੇ ਮੈਂ ਨੋਟੀਫਿਕੇਸ਼ਨ ਪੜ੍ਹ ਕੇ ਸੁਣਾ ਦਿੰਦਾ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸੁਰੱਖਿਆ ਸ਼ਾਖਾ ਹੁਕਮ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਆਂਗਨਵਾੜੀ ਵਰਕਰਾਂ ਮਿੰਨੀ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਦੇ ਮਾਣ ਪੱਤੇ ਵਿੱਚ ਕਰਮਵਾਰ 1400 ਰੁਪਈਆ 1000 ਰੁਪਈਆ ਤੇ 1050 ਰੁਪਏ ਦਾ ਮਹੀਨਾਵਾਰ ਵਾਧਾ ਕਰਨ ਦੀ ਪ੍ਰਵਾਨਗੀ ਦਿੰਦੇ ਹਨ ਇਹ ਵਾਧਾ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਦਿੱਤਾ ਜਾਵੇਗਾ ਕੱਲ ਦੀ ਡੇਟ ਚ ਪੱਤਰ ਜਾਰੀ ਕਰਤਾ ਕੱਲ ਤੇ ਤੁਹਾਨੂੰ ਵਾਧਾ ਮਿਲਣਾ ਸ਼ੁਰੂ ਹੋ ਗਿਆ ਪਹਿਲੀ ਤੇ ਨਾਲ ਉਹ ਸਾਡੀ ਭੈਣ ਬੈਠੀ ਹੈ ਰਾਜੀ ਸ੍ਰੀ ਵਾਸਤਵਾਏ ਦੇ ਸੈਨ ਥੱਲੇ ਹੋਏ ਵੇ ਹੈ ਆਹ ਤੁਹਾਡਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਦੂਸਰਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਇਸਤਰੀ ਦੇ ਬਾਲ ਵਿਭਾਗ ਸਮਾਜਿਕ ਸੁਰੱਖਿਆ ਸ਼ਾਖਾ ਹੁਕਮ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਆਂਗਨਵਾੜੀ ਵਰਕਰਾਂ ਮਿੰਨੀ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਦੇ ਮਾਣ ਪੱਤੇ ਵਿੱਚ ਕਰਮਵਾਰ 5500 ਰੁਪਏ 250 ਰੁਪਏ ਅਤੇ 250 ਰੁਪਏ ਸਾਲਾਨਾ ਵਾਧਾ ਕਰਨ ਦੀ ਪ੍ਰਵਾਨਗੀ ਦਿੰਦੇ ਹਨ ਇਹ ਸਾਲਾਨਾ ਵਾਧਾ 1/1/2023 ਤੋਂ ਮਿਲਣਯੋਗ ਹੋਵੇਗਾ ਮਤਲਬ ਹਰ ਸਾਲ ਇੱਕ ਸਾਲ ਬਾਅਦ ਅਗਲੀ ਜਨਵਰੀ ਤੋਂ ਸਾਲਾਨਾ ਵਾਧਾ ਹੋਏਗਾ ਤੁਹਾਨੂੰ ਹਰ ਸਾਲ ਤੁਹਾਡੀ ਇਸ ਤਰ੍ਹਾਂ ਹੀ ਤਨਖਾਹ ਵਧੇਗੀ ਤੇ ਜਿਹੜੇ ਤੁਹਾਡਾ 1400 ਰੁਪਈਆ 1000 ਤੇ 1050 ਰੁਪਈਆ ਵਧਿਆ ਉਹ 1 ਤਰੀਕ ਜਿਹੜੀ ਲੰਘ ਚੁੱਕੀ ਹੈ ਇਸ ਤੋਂ ਲਾਗੂ ਹੋ ਜਾਏਗਾ ਅਗਲੇ ਮਹੀਨੇ ਤੁਹਾਨੂੰ ਵਧਾ ਕੇ ਤਨਖਾਹ ਮਿਲੇਗੀ ਸੋ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੀਆਂ ਭੈਣਾਂ ਦੇ ਕੰਮ ਆ ਸਕਿਆ ਆਪਣੀਆਂ ਮਾਵਾਂ ਦੇ ਕੰਮ ਆ ਸਕਿਆ ਆਪਣੀਆਂ ਧੀਆਂ ਦੇ ਕੰਮ ਆ ਸਕਿਆ ਤੇ ਤੁਹਾਡੇ ਲੀਡਰਾਂ ਨੂੰ ਮੈਂ ਇੱਕ ਦਿਨ ਕਿਹਾ ਮੈਂ ਕਿਹਾ ਸਟੇਜ ਪਰ ਬੋਲਣਾ ਪਊਗਾ ਫਿਰ ਉਸ ਦਿਨ ਕਹਿੰਦੀ ਸਾਨੂੰ ਸਰਕਾਰ ਦੇ ਹੱਕ 'ਚ ਬੋਲਣ ਦੀ ਆਦਤ ਨਹੀਂ ਹੈ ਸੋ ਹੁਣ ਹੱਕ 'ਚ ਬੋਲਣ ਦੀ ਆਦਤ ਅੱਜ ਤੇ ਪਾ ਲਿਓ ਤੁਹਾਡੇ ਭਰਾ ਦੀ ਸਰਕਾਰ ਹੈ ਇੱਕ ਵਾਰ ਹੁਣ ਪੰਜਾਬ ਸਰਕਾਰ ਦਾ ਨਾਂ ਦਾ ਵੀ ਲਾਰਾ ਮਾਰ ਦਿਓ ਪੰਜਾਬ ਸਰਕਾਰ ਪੰਜਾਬ ਸਰਕਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਘਰਾਂ 'ਚ ਤਰੱਕੀ ਆਵੇ ਤੁਹਾਡੇ ਨਿਆਣੇ ਅੱਛੀ ਐਜੂਕੇਸ਼ਨ ਪੜ੍ਹਨ ਮੈਂ ਇੱਕ ਗੱਲ ਕਹਿ ਦਿੰਦਾ ਕਿ ਜਦ ਤੱਕ ਚੰਗੀ ਪੜ੍ਹਾਈ ਬੱਚਿਆਂ ਨੂੰ ਨਹੀਂ ਮਿਲਦੀ ਜਦ ਤੱਕ ਸਮਾਜ ਦੇ ਵਿੱਚ ਪਰਿਵਾਰ ਅੱਗੇ ਨਹੀਂ ਆ ਸਕਦਾ ਇਸ ਕਰਕੇ ਮੈਂ ਆਉਣ ਵਾਲੇ ਦਿਨਾਂ 'ਚ ਪਰਮਾਤਮਾ ਨੇ ਅਗਲੀ ਸਰਕਾਰ ਬਣਾਈ ਪਾਰਟੀ ਦੀ ਤਾਂ ਅਸੀਂ ਸਕੂਲਾਂ ਦੀ ਕਾਇਆ ਕਲਪ ਕਰਨੀ ਹੈ ਤੇ ਸਕੂਲ ਵਧੀਆ ਬਣਾਉਣੇ ਹੁਣ ਵੀ ਬਹੁਤ ਕੰਮ ਹੋਇਆ ਲੇਕਿਨ ਇੰਗਲਿਸ਼ ਮੀਡੀਅਮ ਵਾਲੇ ਮਾਡਲ ਸਕੂਲ ਪੰਜਾਬ ਦੇ ਵਿੱਚ ਚੱਲਣਗੇ ਤੇ ਮਾਡਲ ਕਾਲਜ ਪੰਜਾਬ ਦੇ ਵਿੱਚ ਚੱਲਣਗੇ ਨਵੀਆਂ ਯੂਨੀਵਰਸਿਟੀਆਂ ਦੀ
नवी एजुकेशन पॉलिसी असीं लेके आवांगे। तुहाडा सारिआं दा बहुत बहुत धन्नवाद, तुहानूं सारिआं नूं बहुत बहुत बधाई। सारिआं ने लंगर छक के जाणा है। वाहिगुरू जी का खालसा, वाहिगुरू जी की फतेह। बोले सो निहाल, सत श्री अकाल।